ਨਮਸ ਜੀ ਆਨੁ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ 56 ਸਾਲ ਦੀ ਉਮਰ ਤੋਂ ਸਸਪੈਂਡ ਕਰਕੇ ਦਿੱਤਾ ਇਮਾਨਦਾਰੀ ਦੇ ਨਾਲ ਡਿਊਟੀ ਕਰਨ ਦਾ ਤੋਹਫ਼ਾ ਬਲਵਿੰਦਰ ਅੱਜ ਸਵੇਰੇ 10:00 ਵਜੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਥਾਨਕ ਸ਼ਹਿਰ ਦੇ ਬਾਹਰ ਨੈਸ਼ਨਲ ਹਾਈਵੇ ਤੇ ਲੱਗੇ ਹਾਈ ਟੈਕ ਨਾਕੇ ਤੇ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਨਾ ਦੇਖ ਕੇ ਉੱਥੇ ਕਾਰ ਰੋਕ ਕੇ ਐਸਐਸਪੀ ਨੂੰ ਨਿਰਦੇਸ਼ ਦਿੱਤੇ ਕਿ ਤਿੰਨ ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵਿੱਚ ਦੋ ਥਾਣੇਦਾਰ ਇੱਕ ਸਪਾਹੀ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਜਾਵੇ ਮੰਤਰੀ ਦੇ ਜਾਣ ਤੋਂ ਬਾਅਦ ਆਪਣੇ ਤੋਂ ਹੋਈ ਕਾਰਵਾਈ ਨੂੰ ਲੈ ਕੇ ਬਲਜਿੰਦਰ ਸਿੰਘ ਦਾ ਰੋਪੜ ਕੀਤਾ ਉਹਨਾਂ ਨੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਹੇ ਕਿਹਾ ਹੈ ਕਿ 56 ਸਾਲਾਂ ਦਾ ਹੋ ਗਿਆ ਸ਼ੂਗਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤਾ باوجود ਉਸਦੇ 24 ਘੰਟੇ ਤੇ ਦਿਨ ਰਾਤ ਸਖਤ ਡਿਊਟੀ ਕਰ ਰਿਹਾ ਉਸਨੇ ਅੱਜ ਤੱਕ ਆਪਣੀ ਡਿਊਟੀ ਵਿੱਚ ਕਦੇ ਕੋਈ ਲਾਪਰਵਾਹੀ ਨਹੀਂ ਕੀਤੀ ਇਮਾਨਦਾਰੀ ਦੇ ਨਾਲ ਡਿਊਟੀ ਕਰਨ ਦਾ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਇਹ ਤੋਹਫਾ ਦਿੱਤਾ ਰਿਟਾਇਰਮੈਂਟ ਦੇ ਕਰੀਬ ਹੋਣ ਤੇ ਬਿਨਾਂ ਕਿਸੇ ਕਾਰਨ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹਾਈ ਟੈਕ ਨਾਕੇ ਤੇ 4-4 ਦੀ ਸ਼ਿਫਟ ਤੇ 8 ਪੁਲਿਸ ਮੁਲਾਜ਼ਮ ਸਖਤ ਡਿਊਟੀ ਦਿੰਦੇ ਨੇ ਸਵੇਰੇ 10 ਵਜੇ ਜ्यों ਡਿਊਟੀ ਤੇ ਪੁੱਜਾ ਆਪਣੇ ਸਾਥੀ ਪੁਲਿਸ ਮੁਲਾਜ਼ਮ ਤੋਂ ਚਾਰਜ ਲੈਣ ਤੋਂ ਪਹਿਲਾਂ ਸਾਹਮਣੇ ਪਖਾਨੇ ਚਲਾ ਗਿਆ ਪਖਾਨਾ ਕਰ ਹੀ ਰਿਹਾ ਸੀ ਕਿ ਅਚਾਨਕ ਨਾਕੇ ਤੇ ਵੀਆਈਪੀ ਗੱਡੀਆਂ ਦਾ ਕਾਫਲਾ ਆ ਕੇ ਰੁਕ ਲ ਗਿਆ قافلہ دیکھ کے ਉਹ ਵੀ ਪਖਾਨਾ ਛੱਡ ਕੇ ਜ्यों ਹੀ ਕਾਰ ਦੇ ਨੇੜੇ ਪੁੱਜਾ ਤਾਂ ਅੰਦਰੋਂ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਦਾਵਾ ਨਿਕਲਾ ਇੱਕ ਫੋਨ ਤੇ ਗੱਲ ਲਾਈਵ ਚੱਲ ਰਿਹਾ ਸੀ ਜ्यों ਹੀ ਸਲੂਟ ਮਾਰਿਆ ਤਾਂ ਗ੍ਰਹਿ ਮੰਤਰੀ ਨੇ ਪੁੱਛਿਆ ਲੱਕੇ ਤੇ ਕਿੰਨੇ ਮੁਲਾਜ਼ਮ ਉਤਨਾਇਤ ਰਹਿੰਦੇ ਨੇ ਤਾਂ ਉਸਨੇ ਦੱਸਿਆ ਕਿ ਸ਼੍ਰੀਮਾਨ ਜੀ ਉਸ ਸਮੇਂ ਤੇ ਤਿੰਨ ਹੋਰ ਨੇ ਇੱਕ ਅਦਾਲਤ ਦੇ ਵਿੱਚ ਪੇਸ਼ੀ ਤੇ ਗਿਆ ਦੂਜਾ ਥਾਣੇਦਾਰ ਐਸਐਸਪੀ ਹੈ ਤੇ ਤੀਜਾ ਸਿਟੀ ਮਨਪ੍ਰੀਤ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤੇ ਪੁਲਿਸ ਲਾਈਨ ਦੇ ਵਿੱਚ ਡਿਊਟੀ ਤੇ ਗਿਆ ਹੋਇਆ ਹੈ ਇੰਨੀ ਗੱਲ ਸੁਣਦੇ ਹੀ ਉਹਨਾਂ ਨੇ ਐਸਐਸਪੀ ਨੂੰ ਫੋਨ ਲਾ ਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ 'ਚੋਂ ਨਿਯੁਕਤੀਆਂ ਨੂੰ ਮਨਜ਼ੂਰੀ ਪੰਜਾਬ 'ਚ ਵਿਧਾਨ ਸਭਾ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਕਾਂਗਰਸ ਦਾ ਪ੍ਰਚਾਰ ਤੇਜ਼ੀ ਦੇ ਨਾਲ ਹੋ ਰਿਹਾ ਚੋਣਵੀ ਮਾਹੌਲ ਨੂੰ ਦੇਖਦੇ ਹੋਏ ਸੂਬੇ ਦੀ ਜਨਤਾ ਨੂੰ ਪਹਿਲਾਂ ਤੋਂ ਐਕਟਿਵ ਪੰਜਾਬ ਕਾਂਗਰਸ ਕਮੇਟੀ ਨੇ ਹੁਣ ਨਵੀਂ ਜ਼ਿੰਮੇਵਾਰੀ ਸੌਂਪੀ ਇਸ ਕੜੀ ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੋਸ਼ਲ ਮੀਡੀਆ ਵਿਭਾਗ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪੰਜਾਬ ਕਾਂਗਰਸ ਤੇ ਸੋਸ਼ਲ ਮੀਡੀਆ ਵਿਭਾਗ ਨੂੰ ਹੋਰ ਮਜ਼ਬੂਤੀ ਦੇਣ ਦੇ ਫੈਸਲੇ ਕੀਤੇ ਨੇ ਜਿਸ ਦੇ ਲਈ ਕਈ ਅਹੁਦਿਆਂ ਤੇ ਨਿਯੁਕਤੀ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ ਆ ਪੰਜਾਬ ਕਾਂਗਰਸ ਦੇ ਸੋਸ਼ਲ ਵਿਭਾਗ ਦੇ 6 ਜਨਰਲ ਸਕੱਤਰਾਂ ਤੋਂ ਇਲਾਵਾ 15 ਸਕੱਤਰਾਂ ਨੂੰ ਤਤਕਾਲ ਪ੍ਰਭਾਵ ਦੇ ਨਾਲ ਨਿਯੁਕਤ ਕੀਤਾ ਗਿਆ ਹੈ ਵਿਦੇਸ਼ ਜਾਣ ਵਾਲੇ ਪੰਜਾਬ ਦੇ ਲੋਕਾਂ ਦੀ ਹੁਣ ਘਰ ਦੇ ਵਿੱਚ ਹੋਵੇਗੀ ਵੈਰੀਫਿਕੇਸ਼ਨ ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ ਲੋਕ ਘਰ ਬੈਠੇ ਹੀ ਵੈਰੀਫਿਕੇਸ਼ਨ ਕਰਵਾ ਸਕਦੇ ਨੇ ਇਸ ਯੋਜਨਾ ਦੇ ਤਹਿਤ ਬਿਨੈਕਰ ਸਬੰਧਤ ਖੇਤਰ ਦੇ ਸੁਵਿਧਾ ਕੇਂਦਰ ਸਾਂਝ ਕੇਂਦਰ ਤੋਂ ਪ੍ਰਮਾਣ ਪੱਤਰ ਹਾਸਲ ਕਰ ਸਕਣਗੇ ਐਨਆਰਆਈ ਵਿਭਾਗ ਨੇ ਸੂਝੋਜਨਾ ਦੇ ਲਈ ਪ੍ਰਸਤਾਵ ਤਿਆਰ ਕਰ ਲਿਆ ਵਿਭਾਗੀ ਮੰਤਰੀ ਪ੍ਰਗਟ ਸਿੰਘ ਨੇ ਸਬੰਧੀ ਪੁਲਿਸ ਦੇ ਅਤੇ ਰਾਜ ਸਭਾ ਵਿਭਾਗ ਨੂੰ ਨਿਰਦੇਸ਼ ਦੇ ਦਿੱਤੇ ਨੇ ਦਸੰਬਰ ਦੇ ਅੰਤ ਤੱਕ ਇਹ ਸੁਵਿਧਾ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ ਸੋ ਚੰਡੀਗੜ੍ਹ ਤੋਂ ਖਬਰਾਂ ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਪੰਜ ਨਵੇਂ ਜੱਜਾਂ ਨੇ ਚੁੱਕੀ ਸੌ ਸੋ ਵੱਡੀ ਖਬਰਾਂ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਦੋਸਤੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪੰਜ ਨਵੇਂ ਜੱਜਾਂ ਦੇ ਸੌਂ ਚੁੱਕੀ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਹਾਈ ਕੋਰਟ ਚ ਜੱਜਾਂ ਦੀ ਗਿਣਤੀ ਹੁਣ 50 ਹੋ ਗਈ ਹੈ ਸ਼ੁੱਕਰਵਾਰ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਨੇ ਇਹਨਾਂ ਪੰਜ ਪੰਜੇ ਜੱਜਾਂ ਨੂੰ ਇੱਕ ਸਾਦੇ ਸਮਾਰੋਹ ਦੇ ਵਿੱਚ ਸੌਂ ਚੁਕਾਈ ਇਸ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾਇਆ ਗਿਆ ਇਸ ਤੋਂ ਪਹਿਲਾਂ ਵੀਰਵਾਰ ਦੁਪਹਿਰ ਨੂੰ ਰਾਸ਼ਟਰਪਤੀ ਨੇ ਕਾਲ ਕਾਲ ਜੀਐਮ ਦੀ ਸਿਫਾਰਸ਼ ਨੂੰ ਮਨਜ਼ੂਰ ਕਰਦਿਆਂ ਪੰਜ ਨਵੇਂ ਚਲਜਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਸੀ ਡਿਪਟੀ ਕਮਿਸ਼ਨਰ ਦੇ ਵੱਲੋਂ ਸਰਕਾਰੀ ਆਈਟੀਆਈ ਲੜਕੀਆਂ ਦੇ ਮੁਖੀ ਸਟਾਫ ਦਾ ਸਨਮਾਨ ਜ਼ਿਲ੍ਹਾ ਪ੍ਰਸ਼ਾਸਨ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਦੇ ਵੱਲੋਂ ਸਰਕਾਰੀ ਆਈਟੀਆਈ ਲੜਕੀਆਂ ਨਵਾਂ ਸ਼ਹਿਰ ਨੂੰ ਕੋਵਿਡ-19 ਮਹਾਮਾਰੀ ਦੀ ਰੋਕਥਾਂ ਵਾਸਤੇ ਮਾਸਕ ਤਿਆਰ ਕਰਨ ਲਈ ਕਪੜਾ ਮੁਹੱਈਆ ਕਰਵਾਇਆ ਮਹਾਮਾਰੀ ਦੇ ਚੱਲਦਿਆਂ ਸਾਰੇ ਵਿਦਿਅਕ ادارےਾਂ ਦੇ ਬੰਦ ਹੋਣ ਦੇ ਬਾਵਜੂਦ ਸਿੱਖਿਆਰਥੀਆਂ ਦੀ ਮਦਦ ਨਾਲ ਸਮੂਹ ਸਟਾਫ ਨੇ 마ਸਕ ਤਿਆਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਨੂੰ ਸੌਂਪੇ ਇੰਟਰਨੈਟ ਤੋਂ ਬਿਨਾਂ ਵੀ ਹੋ ਸਕੇਗਾ ਪੈਸਿਆਂ ਦਾ ਲੈਣ-ਦੇਣ ਆਰਬੀਆਈ ਨੇ ਦਿੱਤੀ ਜਾਣਕਾਰੀ ਆਰਬੀਆਈ ਦੇ ਗਵਰਨਰ ਸ਼ਕਤੀਕਾਂ ਦਾਸ ਨੇ ਸ਼ੁੱਕਰਵਾਰ ਨੂੰ ਐਮਸੀਪੀ ਯਾਨੀ ਕਿ ਮੁਦਰਾ ਨੀਤੀ ਕਮੇਟੀ ਦੀ ਬੈਠਕ ਦੇ ਵਿੱਚ ਲਏ ਗਏ ਫੈਸਲਿਆਂ ਦਾ ਐਲਾਨ ਕੀਤਾ ਉਹਨਾਂ ਨੇ ਦੱਸਿਆ ਕਿ ਆਰਬੀਆਈ ਦੇ ਸਿਤ ਦੇ ਪਰਦੇ ਵਿੱਚ ਆਫਲਾਈਨ ਮੋਡ ਦੇ ਵਿੱਚ ਪਰਚੂਨ ਡਿਜੀਟਲ ਭੁਗਤਾਨਾਂ ਦੇ ਘਟਾਚਾ ਪੇਸ਼ ਕਰਨ ਦਾ ਪ੍ਰਸਤਾਵ ਦਿੱਤਾ ਅਰਬੀ ਨੇ ਘੋਸ਼ਣਾ ਕੀਤੀ ਕਿ ਆਫਲਾਈਨ ਭੁਗਤਾਨ ਪ੍ਰਣਾਲੀ ਪੂਰੇ ਦੇਸ਼ ਦੇ ਵਿੱਚ ਉਪਲਬਧ ਕਰਵਾਈ ਜਾਵੇਗੀ। ਘੋਸ਼ਣਾ ਦੇ ਅਨੁਸਾਰ ਜਿੰਨਾਂ ਗਾਕਾਂ ਨੂੰ ਇੰਟਰਨੈਟ ਕਨੈਕਟੀਵਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਉਹ ਯੂਪੀਆਈ, ਆਈਐਮਪੀਐਸ ਤੇ ਆਰਜੀਟੀਐਸ ਆਦ ਆਨਲਾਈਨ ਟੰਗਾਂ ਦੀ ਵਰਤੋਂ ਕਰਕੇ ਭੁਗਤਾਨ ਕਰਨ ਵਿੱਚ ਸਮਰੱਥ ਨੇ ਉਹ ਭੁਗਤਾਨ ਕਰਨ ਦੇ ਲਈ ਆਫਲਾਈਨ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਕੈਪਟਨ ਅਮਰਿੰਦਰ ਨੂੰ ਹੁਣ ਵੀ ਮਨਾਉਣਾ ਚਾਹੁੰਦੀ ਹੈ ਕਾਂਗਰਸ ਸੋਨੀਆ ਗਾਂਧੀ ਖੁਦ ਹੋਈ ਸਰਗਰਮ ਸਿੱਧੂ ਤੇ ਸਵਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਵਾਲ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਆਪਣੀ ਪਾਰਟੀ ਬਣਾਉਣ ਦੇ ਇਲਾਮ ਕਰ ਚੁੱਕੇ ਨੇ ਕੈਪਟਨ ਸੋ ਕੈਪਟਨ ਨੂੰ ਕਾਂਗਰਸ ਦੇ ਵੀ ਹੁਣ ਮਨਾਉਣਾ ਚਾਹੁੰਦੀ ਹੈ ਸੋ ਇਸ ਦੇ ਲਈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਹੁਣ ਖੁਦ ਸਰਗਰਮ ਹੋ ਗਏ ਨੇ ਕਾਂਗਰਸ ਨਹੀਂ ਚਾਹੁੰਦੀ ਕਿ ਕੈਪਟਨ ਨੂੰ ਕਾਂਗਰਸ ਛੱਡਣਾ ਇਹੀ ਕਾਰਨ ਹੈ ਕਿ ਹਾਲੇ ਤੱਕ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਿੱਖੀ ਬਿਆਨਬਾਜ਼ੀ ਦੇ ਬਾਵਜੂਦ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਨਾਤਾ ਤੋੜ ਕੇ ਨਵੀਂ ਸਿਆਸੀ ਰਾਹ ਤੇ ਚੱਲਣ ਲਈ ਅੜੇ ਹਨ ਇਹੀ ਕਾਰਨ ਹੈ ਕਿ ਕੈਪਟਨ ਭਾਜਪਾ ਨਾਲ ਵੀ ਆਪਣੀਆਂ ਨਜ਼ਦੀਕੀਆਂ ਵਧਾਰੇ ਨੇ ਕੈਪਟਨ ਅਮਰਿੰਦਰ ਨੇ ਆਪਣੀ ਨਵੀਂ ਸਿਆਸੀ ਰਾਹ ਤੇ ਅੜੇ ਤੇ ਭਾਜਪਾ ਦੇ ਨਾਲ ਵਧਾਰੇ ਨੇ ਨੇੜਤਾ ਸੂ ਕਾਂਗਰਸ ਪਹਿਲਾਂ ਤੋਂ ਵੀ ਸਿੱਧੂ ਦੇ ਨਫੇ ਨੁਕਸਾਨ ਦਾ ਕਰ ਰਹੀ ਆ ਮੁਲਾਂਕਣ ਕਿਸਾਨਾਂ ਨੇ ਲੱਖਾ ਸਦਾਨਾਂ ਨੂੰ ਦੱਸਿਆ ਅਡਾਨੀਆਂ ਬਾਨੀ ਪਾਤੜਾਂ ਤੋਂ ਖਬਰਾਂ ਜਿੱਥੇ ਕਿਸਾਨਾਂ ਨੇ ਸਮਾਜਿਕ ਕਾਰਕੁਨ ਲੱਖਾ ਸਦਾਨਾਂ ਨੂੰ ਅਡਾਨੀ ਅਤੇ ਬਾਨੀ ਦੇ ਬਰਾਬਰ ਕਰਾਰ ਦਿੰਦੇ ਹੋਏ ਕਿਸਾਨਾਂ ਦੇ ਹੋਏ ਨੁਕਸਾਨ ਲਈ ਜ਼ਿੰਮੇਵਾਰ ਠਰਾਇਆ ਅਸਲ ਦੇ ਵਿੱਚ ਲੱਖਾ ਸਦਾਨਾਂ ਨੇ ਪੰਜਾਬ ਦੇ ਬਾਹਰੋਂ ਚੋਣੇ ਦੇ ਪਰਕਾ ਨੂੰ ਪਾਤੜਾ ਵਿੱਚ ਰੋਗ ਦਿੱਤਾ ਇਸ ਮਾਮਲੇ ਦੇ ਪੈਦਾ ਹੋਏ ਟਕਰਾਅ ਦੇ ਨਤੀਜੇ ਵਜੋਂ ਪਾਤੜਾ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਚਾਰ ਦਿਨਾਂ ਦੇ ਲਈ ਬੰਦ ਹੋ ਗਈ। ਇਹਨਾਂ ਨੂੰ ਕੁਦਰਤ ਦਾ ਕਹਿਰ ਆਪਰੇ ਤੇ ਭਾਰੀ ਬਰਸਾਤ ਦੇ ਕਾਰਨ ਗਰੇਮਾਰੀ ਹੋ ਗਈ ਜਿਸ ਨਾਲ ਮੰਡੀਆਂ ਦੇ ਵਿੱਚ ਪਿਆ ਝੋਨਾ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰ ਗਿਆ ਜਿਸ ਕਰਕੇ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਤੇ ਵਿਕਣ ਤੋਂ ਹੰਝ ਗਈ। ਹਾਲਾਤ ਇਸ ਕਦਰ ਬਦ ਤੋਂ ਬਤਰ ਹੋ ਗਏ ਕਿ ਪਾਣੀ ਨਾਲ ਪਿੱਜਾ ਝੋਨਾ ਮੋੜ ਟਰਾਲੀਆਂ ਵਿੱਚ ਲੱਦ ਕੇ ਘਰ ਲੋ ਜਾਣ ਦੇ ਲਈ ਕਿਸਾਨ ਮਜਬੂਰ ਹੋ ਗਏ। ਸੋ ਕਿਸਾਨਾਂ ਨੇ ਇਹਨਾਂ ਸਾਰੇ ਹਾਲਾਤਾਂ ਦੇ ਲਈ ਲੱਖਾਂ ਸਦਾਣਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਭਾਰਤ ਵਿਰੋਧੀ ਸਰਗਰਮੀਆਂ ਕਰਨ ਵਾਲੇ ਕੈਨੇਡਾ ਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਵੀਜੇ OCI ਕਾਰਡ ਰੱਦ ਭਾਰਤ ਸਰਕਾਰ ਵੱਲੋਂ ਭਾਰਤ ਵਿਰੋਧੀ ਸਰਗਰਮੀਆਂ ਦੇ ਵਿੱਚ ਸ਼ਾਮਲ ਕੈਨੇਡਾ ਤੇ ਹੋਰ ਦੇਸ਼ਾਂ ਦੇ ਵਿੱਚ ਰਹਿ ਰਹੇ ਕੁਝ ਭਾਰਤੀ ਮੂਲ ਦੇ ਨਾਗਰਿਕਾਂ ਦੇ ਲੰਬੇ ਮਿਆਦ ਦੇ ਵੀਜੇ ਅਤੇ OCI ਕਾਰਡ ਰੱਦ ਕਰ ਦਿੱਤੇ ਗਏ ਨੇ ਇੱਕ ਮੀਡੀਆ ਰਿਪੋਰਟ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕਿਸਾਨ ਪ੍ਰਦਰਸ਼ਨ ਦੀ ਆੜ ਵਿੱਚ ਜੋ ਭਾਰਤ ਵਿਰੋਧੀ ਸਰਗਰਮੀਆਂ ਦੇ ਵਿੱਚ ਸ਼ਾਮਲ ਹਨ ਉਹਨਾਂ ਲੋਕਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਭਾਰਤ ਵਿਰੋਧੀ ਪ੍ਰਦਰਸ਼ਨ ਕਰਨ ਵਾਲਿਆਂ ਤੇ ਵੀ ਨਜ਼ਰ ਆ ਤੇ ਭਾਰਤ ਤੇ ਕੈਨੇਡਾ ਦੇ ਦੋ ਪੱਖੀ ਸਬੰਧਾਂ ਤੋਂ ਚਿੰਤਾ ਹੈ। ਅਗਲੀ ਵੱਡੀ ਖਬਰ ਆਜੀ ਇੱਕ ਝਟਕੇ ਜੋ ਬਦਲੀ ਕਿਸਮਤ ਵਿਅਕਤੀ ਨੇ ਜਿੱਤੀ 15 ਕਰੋੜ ਦੀ ਲਾਟਰੀ ਜਿਸ ਨੂੰ ਕਿਹਾ ਜਾਂਦਾ ਹੈ ਕਿ ਜਦੋਂ ਕਦੇ ਕਿਸੇ ਦੀ ਕਿਸਮਤ ਬਦਲ ਜਾਵੇ ਕੋਈ ਨਹੀਂ ਜਾਣਦਾ ਕਈ ਵਾਰ ਲੋਕ ਆਪਣੀ ਕਿਸਮਤ ਅਜਮਾਉਣ ਲਈ ਲਾਟਰੀ ਦੀਆਂ ਟਿਕਟਾਂ ਖਰੀਦਦੇ ਨੇ ਪਰ ਉਨਾਂ ਨੂੰ ਇੱਕ ਵਾਰ ਵੀ ਲਾਟਰੀ ਨਹੀਂ ਲੱਗਦੀ ਪਰ ਕੁਝ ਅਜਿਹੇ ਖੁਸ਼ਕਿਸਮਤ ਲੋਕ ਹੁੰਦੇ ਨੇ ਜਿਨ੍ਹਾਂ ਦੀ ਵਾਰ-ਵਾਰ ਲਾਟਰੀ ਲੱਗਦੀ ਆ ਸੋ ਇੱਕ ਹੋਰ ਵਿਅਕਤੀ ਦੇ ਨਾਲ ਅਨੋਖੀ ਘਟਨਾ ਵਾਪਰੀ ਹੈ ਜਿੱਥੇ ਮੈਰੀਲੈਂਡ ਦੇ ਇੱਕ ਵਿਅਕਤੀ ਨੇ ਸਕ੍ਰੈਚ ਆਫ ਲਾਟਰੀ ਟਿਕਟ ਦੇ ਰਾਹੀਂ ਦੂਜੀ ਵਾਰ 2 ਮਿਲੀਅਨ ਡਾਲਰ ਯਾਨੀ ਕਿ 14 ਕਰੋੜ 95 ਲੱਖ 43 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਇੱਕ ਨਵੰਬਰ ਤੋਂ ਬਦਲੇਗੀ ਸਕੂਲਾਂ ਦੀ ਟਾਈਮਿੰਗ ਸਰਦੀਆਂ ਦੇ ਚੱਲਦੇ ਹੋਏ ਕੀਤਾ ਬਦਲਾਅ ਹੁਣ 8 ਵਜੇ ਹੋਵੇਗੀ ਛੁੱਟੀ ਸੋ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਅਜਿਹੇ ਵਿੱਚ ਸ਼ਹਿਰਾਂ ਦੇ ਸਕੂਲਾਂ ਦੀ ਟਾਈਮਿੰਗ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਵੀ ਸਕੂਲ ਟਾਈਮਿੰਗ ਦੇ ਵਿੱਚ ਬਦਲਾਅ ਕੀਤਾ ਗਿਆ 1 ਨਵੰਬਰ ਤੋਂ ਟਾਈਮ ਬਦਲ ਜਾਵੇਗਾ ਹਾਲਾਂਕਿ ਅਜੇ ਸ਼ਹਿਰਾਂ ਦੇ ਸਕੂਲਾਂ ਦੇ ਵਿੱਚ ਅਧਿਆਪਕ ਸਵੇਰੇ 8 ਵਜੇ ਤੋਂ 2 ਵਜੇ ਤੱਕ ਵਿਦਿਆਰਥੀ 8:30 ਵਜੇ ਤੋਂ 1 ਵਜੇ ਤੱਕ ਸਭ ਆ ਰਹੇ ਨੇ ਉਸ ਨੇ ਵਿਭਾਗ ਦੇ ਵਿੱਚ ਵੱਡਾ ਬਦਲਾਅ ਜਿਹੜਾ ਕੀਤਾ ਜਾ ਰਿਹਾ ਇਸ ਸਮੇਂ ਬਦਲਾਅ ਡਬਲ ਸਿੰਗਲ ਸ਼ਿਫਟ ਕਲਾਸ ਪੱਧਰ ਤੇ ਕੀਤਾ ਗਿਆ ਹੈ 6ਵੀਂ ਤੋਂ 12ਵੀਂ ਜਮਾਤ ਦੇ ਅਧਿਆਪਕ ਅਤੇ ਵਿਦਿਆਰਥੀਆਂ ਦਾ ਸਮਾਂ ਬਰਾਬਰ ਕਰ ਦਿੱਤਾ ਗਿਆ ਹੈ। ਸਰਕਾਰੀ ਦੇ ਵਿੱਚ 50 ਤੋਂ 60% ਦੀ ਪ੍ਰਾਈਵੇਟ ਦੇ ਵਿੱਚ 20 ਤੋਂ 25% ਦੀ ਵਿਦਿਆਰਥੀ ਪਹੁੰਚ ਰਹੇ ਨੇ ਸਕੂਲ ਹੈ। ਕੈਨੇਡਾ ਸਰਕਾਰ ਨੇ ਸ਼ਰਾਬ ਪੀ ਕੇ ਗੁੱਟਮਾਰ ਕਰਨ ਵਾਲੇ 7 ਭਾਰਤੀ ਵਿਦਿਆਰਥੀਆਂ ਦੇ ਖਿਲਾਫ ਕੀਤੀ ਵੱਡੀ ਕਾਰਵਾਈ। ਅਪਰਾਧਿਕ ਸਰਗਰਮੀਆਂ ਸੰਬੰਧੀ ਚਿੰਤਾ ਪ੍ਰਗਟਾਈ ਹੈ ਸਰਕਾਰ ਨੇ ਸਾਰੇ ਵਿਦਿਆਰਥੀਆਂ ਨੂੰ ਭਾਰਤ ਵਾਪਸ ਭੇਜਣ ਦਾ ਫੈਸਲਾ ਕੀਤਾ ਸ਼ਰੂ ਸ਼ਰਾਬ ਪੀ ਕੇ ਕਟਮਾ ਕਰਦੇ ਸਨ ਇਸੇ ਕੜੀ ਦੇ ਵਿੱਚ ਕੈਨੇਡਾ ਸਰਕਾਰ ਨੇ ਮਾਰਕੋਟ ਨੂੰ ਸ਼ਾਮਲ ਸੱਤ ਭਾਰਤੀ ਵਿਦਿਆਰਥੀਆਂ ਨੂੰ ਜਿਨ੍ਹਾਂ ਦੇ ਵਿੱਚ ਕੇ ਪੰਜਾਬੀ ਵੀ ਸ਼ਾਮਲ ਨੇ ਸੋ ਉਹਨਾਂ ਨੂੰ ਡਿਪੋਰਟ ਭਾਰਤ ਵਾਪਸ ਭੇਜ ਦਿੱਤਾ ਹੈ ਟਰੂਡੋ ਦਾ ਕਹਿਣਾ ਹੈ ਕਿ ਪੰਜਾਬ ਤੋਂ ਪੜਨਾਂ ਆਏ ਵਿਦਿਆਰਥੀਆਂ ਦੇ ਕਾਰਨ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਜੋ ਇੱਕ ਗੰਭੀਰ ਵਿਸ਼ਾ ਹੈ ਉਥੇ ਹੀ ਭਾਰਤ ਸਰਕਾਰ ਵੱਲੋਂ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਕੈਨੇਡਾ ਤੇ ਹੋਰ ਦੇਸ਼ਾਂ ਵਿੱਚ ਰਹਿ ਰਹੇ ਕੁਝ ਭਾਰਤੀ ਮੂਲ ਦੇ ਨਾਗਰਿਕਾਂ ਦੀ ਲੰਬੀ ਵਿਆਦ ਦੇ ਵੀਜੀ ਅਤੇ ਓ ਆਈ ਸੀ ਕਾਰਡ ਰੱਦ ਕਰ ਦਿੱਤੇ ਗਏ ਹਨ ਕੈਪਟਨ ਬੀ ਜੀ ਪੀ ਅਕਾਲੀ ਗੁਪਤ ਗੱਠ ਜੋੜ ਪੰਜ ਸਾਲਾਂ ਤੋਂ ਸਰਕਾਰ ਚਲਾ ਰਿਆ ਹੁਣ ਰਲ ਕੇ ਲੜਨਗੇ ਚੋਣਾ ਕੈਪਟਨ ਦੇ ਖੇਮੇ ਚੋਂ ਇੱਕਦਮ ਉਤਸ਼ਾਹ ਜਾਗਿਆ ਤੇ ਉਹਨਾਂ ਨੇ ਹਿਸਾਬ ਲਾ ਕੇ ਦੱਸਿਆ ਕਿ ਜਿਹੜਾ ਕੈਪਟਨ ਬੀ ਜੀ ਪੀ ਬਾਦਲ ਦਾ ਗੁਪਤ ਗੱਠ ਜੋੜ ਪੰਜਾਬ ਦੇ ਵਿੱਚ ਸਰਕਾਰ ਚਲਾ ਲਿਆ ਉਹੀ ਉਹੀ ਗੱਠ ਜੋੜ ਹੁਣ 2022 ਦੀਆਂ ਚੋਣਾਂ ਦੇ ਵਿੱਚ ਬੀਬੀ ਮਾਇਆਵਤੀ ਦਾ ਸਾਥ ਉਹਨਾਂ ਨੂੰ ਮਿਲ ਰਿਹਾ ਹੈ ਚੌਹ ਧੜਿਆਂ ਨੇ ਇੱਕ ਚੌਹ ਧੜਿਆਂ ਨੇ ਵੋਟਾਂ ਦੀ ਥਾਂ ਤੇ ਇੱਕ ਖਿਆਲ ਆਉਂਦਿਆਂ ਉਹਨਾਂ ਦੇ ਦਿਲ ਖੇੜ ਉੱਠਦੇ ਨੇ ਹੁਣ ਲੱਗਦਾ ਕਿ ਹਿੰਦੂ ਕੈਪਟਨ ਪੱਖੀ ਕਾਲੀ ਤੇ ਮਾਇਆਵਤੀ ਰਲ ਕੇ ਚੋਣਾਂ ਲੜਨਗੇ 1 ਨਵੰਬਰ ਨੂੰ ਹੋਵੇਗੀ ਪੰਜਾਬ ਹਜ਼ਾਰਤ ਦੀ ਮੀਟਿੰਗ ਲਏ ਜਾ ਸਕਦੇ ਨੇ ਵੱਡੇ ਫੈਸਲੇ ਸੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਹੁਣ 1 ਨਵੰਬਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਇਹ ਬੈਠਕ ਦੇ ਵਿੱਚ ਪੰਜਾਬ ਸਿਕਤਰੇ ਅਤੇ ਚੰਡੀਗੜ੍ਹ ਦੇ ਵਿੱਚ ਦੁਪਹਿਰ ਨੂੰ ਹੋਵੇਗੀ ਚੰਨੀ ਨੇ 27 ਤਰੀਕ ਨੂੰ ਲੁਧਿਆਣਾ ਦੇ ਵਿੱਚ ਕੈਬਨਿਟ ਦੀ ਬੈਠਕ ਕੀਤੀ ਸੀ ਪੰਜਾਬ ਵਿਧਾਨ ਸਭਾ ਦੇ ਚੋਣਾਂ ਨੂੰ ਨਜ਼ਦੀਕ ਵੇਖਦੇ ਹੋਏ ਮੁੱਖ ਮੰਤਰੀ ਹੁਣ ਜਲਦੀ ਹੀ ਮਹੱਤਵਪੂਰਨ ਫੈਸਲਾ ਲੈ ਸਕਦੇ ਨੇ ਸਾਬਕਾ ਪੀਐਮ ਮਨਮੋਹਨ ਸਿੰਘ ਦੇ murid ਹੋਏ ਭਾਜਪਾ ਮੰਤਰੀ ਬੋਲੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰੋ ਯੂਪ ਦੇ ਮੰਤਰੀ ਉਪੇਂਦਰ ਤਿਵਾੜੀ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਾਰੀਫ ਕੀਤੀ ਯੋਗੀ ਸਰਕਾਰ ਦੇ ਮੰਤਰੀ ਉਪੇਂਦਰ ਤਿਵਾੜੀ ਨੇ ਕਿਹਾ ਕਿ ਸਾਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਦੱਸਦੀ ਹੈ ਕਿ ਉਪੇਂਦਰ ਤਿਵਾੜੀ ਵੀਰਵਾਰ ਨੂੰ ਮੇਰਠ ਦੇ ਵਿੱਚ ਸਾਨੂੰ ਉਪੇਂਦਰ ਤਿਵਾੜੀ ਨੇ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਹੈ ਸਨ ਬਠਿੰਡਾ ਪਹੁੰਚੇ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ ਪੰਜਾਬ ਦੇ ਕਿਸਾਨਾਂ ਨੂੰ ਦੇਵਾਂਗੇ ਇਮਾਨਦਾਰ ਸਰਕਾਰ ਸੋ ਕੇਜਰੀਵਾਲ ਦੋ ਦਿਨਾਂ ਦੇ ਪੰਜਾਬ ਦੇ ਦੌਰੇ ਨੇ ਅੱਜ ਦੌਰੇ ਦਾ ਦੂਜਾ ਦਿਨ ਉਹ ਬਠਿੰਡਾ ਪਹੁੰਚੇ ਜਿੱਥੇ ਕੇਜਰੀਵਾਲ ਨੇ ਕਈ ਵੱਡੇ ਐਲਾਨ ਕੀਤੇ ਕੇਜਰੀਵਾਲ ਨੇ ਵਪਾਰੀਆਂ ਦੇ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਹਰ ਵਪਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਉਹਨਾਂ ਨੇ ਕਿਹਾ ਇਨਸਪੈਕਟਰ ਰਾਜ ਤੱਕ ਖਾਤਮਾ ਹੋਵੇਗਾ ਕਿਸੇ ਵਪਾਰੀ ਨੂੰ ਰਿਸ਼ਵਤ ਦੇਣ ਦੀ ਲੋੜ ਨਹੀਂ ਪਵੇਗੀ ਜੇਕਰ ਕੋਈ ਰਿਸ਼ਵਤ ਮੰਗੇਗਾ ਤਾਂ ਉਸ ਦੀ ਤਸਵੀਰ ਵਟਸਐਪ ਤੇ ਭੇਜੋ ਤੁਰੰਤ ਕਾਰਵਾਈ ਉਸ ਵਿਅਕਤੀ ਦੇ ਖਿਲਾਫ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਕਈ ਜਗ੍ਹਾ ਤੇ ਉਹ ਵਪਾਰੀਆਂ ਨਾਲ ਗੱਲਬਾਤ ਕਰ ਰਹੇ ਨੇ ਪਹਿਲਾਂ ਲੁਧਿਆਣਾ ਜਾ ਕੇ ਗੱਲਬਾਤ ਕੀਤੀ ਫਿਰ ਜਲੰਧਰ ਤੇ ਅੱਜ ਬਠਿੰਡਾ ਤੇ ਕਾਫੀ ਸਮੱਸਿਆਵਾਂ ਸਾਹਮਣੇ ਆਈਆਂ ਨੇ ਦੇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਨੇ ਪਾਰਟੀਆਂ ਨੂੰ ਜਨਤਾ ਦੀ ਯਾਦ ਆਉਂਦੀ ਹੈ 1 April ਤੋਂ ਪੰਜਾਬ ਦੇ ਵਿੱਚ ਕੰਮ ਹੋਵੇਗਾ ਨਵੇਂ ਤਰੀਕੇ ਦੇ ਨਾਲ ਪੰਜਾਬ ਨੂੰ ਇਮਾਨਦਾਰ ਸਰਕਾਰ ਦੇਵਾਂਗੇ ਪੰਜਾਬ ਕੋਲ ਪੂਰਨ ਰਾਜ ਦਾ ਅਧਿਕਾਰ ਹੈ ਪੰਜਾਬ ਨੂੰ ਕੰਮ ਕਰਾਂਗੇ ਪੰਜਾਬ ਦੇ ਵਿੱਚ ਚੰਗਾ ਮਾਹੌਲ ਸਿਰਜਿਆ ਜਾਵੇਗਾ ਤੁਹਾਡੇ ਕੋਲੋਂ ਇੱਕ ਮੌਕਾ ਚਾਹੀਦਾ ਹੈ 5 ਸਾਲ ਬਾਅਦ ਪੂਰੇ ਪੰਜਾਬ ਦੇ ਵਪਾਰੀ ਆਪ ਦੇ murid ਹੋਣਗੇ ਅਸੀਂ ਲੋਕਾਂ ਦਾ ਦਿਲ ਜਿੱਤਿਆ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡਾ ਚੜਕਾ ਕੋਰਡ ਨੇ ਭੇਜਿਆ ਸਾਮਣ ਹੁਸ਼ਿਆਰਪੁਰ ਦੇ ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਰੁਪਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੀ ਕਥਿਤ ਝਾਲ ਸਾਜੀ ਦੇ ਮਾਮਲੇ ਵਿੱਚ ਤਲਬ ਕੀਤਾ ਅਕਾਲੀ ਦਲ ਦੇ ਸਰਪ੍ਰਸਤ ਬਾਦਲ ਨੂੰ ਵੀਰਵਾਰ ਨੂੰ 28 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਹਨਾਂ ਦੇ ਪੁੱਤਰ ਸੁਖਵੀਰ ਬਾਦਲ ਜੋਗੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਪਾਰਟੀ ਦੇ ਬਲਾਰੇ ਡਾਕਟਰ ਦਲਜੀਤ ਜੀਮਾ ਨੂੰ ਇਸ ਕੇਸ ਵਿੱਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਸਾਵਧਾਨ ਕੇਵਾਈਸੀ ਦੇ ਨਾਂ ਤੇ ਧੋਖਾਧੜੀ ਖਾਤੇ ਦੀ ਡਿਟੇਲ ਅਤੇ ਪਾਸਵਰਡ ਅਣਜਾਣ ਏਜੰਸੀਆਂ ਨਾਲ ਸਾਂਝਾ ਨਾ ਕਰੋ ਰਿਜ਼ਰਵ ਬੈਂਕ ਦੀ ਚੇਤਾਵਨੀ ਸੋ ਆਰਪੀਆਈ ਨੇ ਸੋਮਵਾਰ ਨੂੰ ਕੇਵਾਈਸੀ ਅਪਡੇਸ਼ਨ ਦੇ ਨਾਂ ਦੇ ਧੋਖਾਧੜੀ ਤੋਂ ਸਾਵਧਾਨ ਕੀਤਾ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਖਾਤੇ ਦੀ ਡਿਟੇਲ ਜਾਂ ਪਾਸਵਰਡ ਜਿਹੀ ਮਹੱਤਵਪੂਰਨ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਜਾਂ ਏਜੰਸੀ ਦੇ ਨਾਲ ਸਾਂਝੀ ਨਾ ਕਰਨ ਆਰਬੀਆਈ ਨੇ ਕਿਹਾ ਕਿ ਕੇਵਾਈਸੀ ਆਪਰੇਸ਼ਨ ਦੇ ਨਾਂ ਤੇ ਗਾਕਾਂ ਨੂੰ ਧੋਖਾ ਤੜੀ ਦਾ ਸ਼ਿਕਾਰ ਹੋਣ ਦੀਆਂ ਸ਼ਿਕਾਇਤਾਂ ਤੇ ਰਿਪੋਰਟਾਂ ਮਿਲ ਰਹੀਆਂ ਨੇ ਜਿਹਾ ਮਾਮਲੇ ਵਿੱਚ ਆਮ ਤਰੀਕਿਆਂ ਦੇ ਨਾਲ ਗਾਕਾਂ ਨੂੰ ਕਾਲ SMS ਈਮੇਲ ਤੋਂ ਇਲਾਵਾ ਕੁਝ ਨਿੱਜੀ ਵੇਰਵੇ ਖਾਤਾ ਲੌਗਇਨ ਵੇਰਵਾ ਕਾਰਡ ਵੇਰਵਾ ਪਿੰਨ ਨੋਟੀਪੀ ਸਾਂਝਾ ਕਰਨ ਦੇ ਲਈ ਕਿਹਾ ਜਾਂਦਾ ਆਰਬੀਆਈ ਨੇ ਇਸ ਤੋਂ ਬਚਣ ਦੀ ਸਲਾਹ ਦਿੱਤੀ ਆ ਪੰਜਾਬ ਪੁਲਿਸ ਨੂੰ ਮਿਲੀ ਕੈਨੇਡਾ ਤੋਂ ਧਮਕੀ ਬੱਚੇ ਬਣ ਸਕਦੇ ਨੇ ਨਿਸ਼ਾਨਾ ਸੋ ਪੰਜਾਬ ਪੁਲਿਸ ਨੂੰ ਕੈਨੇਡਾ ਤੋਂ ਧਮਕੀ ਮਿਲੀ ਆ ਕੈਨੇਡਾ ਦੇ ਵਿੱਚ ਰਹਿੰਦੇ ਏ ਕੈਟਾਗਰੀ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਫੇਸਬੁੱਕ ਪੋਸਟ ਪਾ ਕੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਗੈਂਗਸਟਰ ਨੇ ਕਿਹਾ ਕਿ ਉਸਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਬਿਨਾਂ ਕਾਰਨ ਤੰਗ ਨਾ ਕੀਤਾ ਜਾਵੇ ਨਹੀਂ ਤਾਂ ਗੰਭੀਰ ਨਤੀਜੇ ਭੁਗਤਨੇ ਪੈਣਗੇ ਦੁਬਈ ਤੋਂ ਗਿੱਪੀ ਗਰੇਵਾਲ ਨੇ ਸੀਐਮ ਚੰਨੀ ਨੂੰ ਕੀਤੀ ਖਾਸ ਅਪੀਲ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਸ ਵੇਲੇ ਦੁਬਈ ਦੇ ਵਿੱਚ ਆਪਣੀ ਫਿਲਮ ਪਾਣੀ ਚੁੰਮਦਾਣੀ ਦੇ ਪ੍ਰੋਮੋਸ਼ਨ ਕਰ ਰਹੇ ਨੇ ਦੁਬਈ ਤੋਂ ਫੇਸਬੁੱਕ ਤੇ ਲਾਈਵ ਹੁੰਦਾ ਗਿੱਪੀ ਗਰੇਵਾਲ ਨੇ ਫਿਲਮ ਨੂੰ ਲੈ ਕੇ ਗੱਲਾਂ ਬਾਤਾਂ ਕੀਤੀਆਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖਾਸ ਅਪੀਲ ਕੀਤੀ ਹੈ ਗੱਪੀ ਨੇ ਕਿਹਾ ਕਿ ਸੀਐਮ ਚੰਨੀ ਨੂੰ ਪੰਜਾਬ ਦੇ ਵਿੱਚ ਸਿਨੇਮਾ ਘਰਾਂ ਨੂੰ 100% ਦੀ ਖੋਲਣ ਲਈ ਕਿਹਾ ਗੱਪੀ ਗਰੇਵਾਲ ਨੇ ਵਿਦੇਸ਼ਾਂ ਦੇ ਸਿਨੇਮਾ ਘਰਿਆਂ ਦਾ ਹਵਾਲਾ ਦਿੰਦੇ ਕਿਹਾ ਕਿ ਵਿਦੇਸ਼ਾਂ ਚ ਸਿਨੇਮਾ ਘਰ 100% ਦੀ ਖੋਲ ਦਿੱਤੇ ਗਏ ਹਨ ਅੱਜ ਮੁੜ ਦਿੱਲੀ ਦੇ ਦੌਰੇ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਸੋ ਦਿੱਲੀ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਦੇ ਨਾਲ ਮੁਲਾਕਾਤ ਕਰਨਗੇ ਇਸ ਤਰ੍ਹਾਂ ਉਹ ਪੰਜਾਬ ਕਾਂਗਰਸ ਦੇ ਕਈ ਇਹ ਮੁੱਦਿਆਂ ਤੇ ਚਰਚਾ ਕਰਨਗੇ ਦੱਸ ਦਈਏ ਕਿ ਚੰਨੀ ਦਾ ਨਾਲ ਪੰਜਾਬ ਕਾਂਗਰਸ ਦੇ ਇਨਚਾਰਜ ਹਰੀਸ਼ ਚੌਧਰੀ ਤੇ ਨਵਜੋਤ ਸਿੱਧੂ ਦੇ ਰਣਨੀਤੀਕਾਰ ਸਲਾਹਕਾਰ ਮੁਹੰਮਦ ਮੁਸਤਫਾ ਵੀ ਮੌਜੂਦ ਰਹਿਣਗੇ। ਮੋਹਾਲੀ ਦੇ ਸਰਕਾਰੀ ਸਕੂਲ ਚੋਂ ਵਿਦਿਆਰਥੀਆਂ ਦੇ ਦੋ ਟੜਿਆਂ ਚ ਹੋਈ ਲੜਾਈ ਅਧਿਆਪਕਾਂ ਦੇ ਲੱਗੇ ਪੱਥਰ ਸੋ ਮੋਹਾਲੀ ਦੇ ਫੇਜ਼ 11 ਦੇ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਦੋ ਗੁੱਟਾਂ ਵਿੱਚ ਜੰਮ ਕੇ ਛਤਰੋ-ਛਤਰੀ ਚਪੇੜੋ-ਚਵੇੜੀ ਤੇ ਗੁੱਥਮ-ਗੁੱਤੀ ਹੋਏ ਸੋ ਛੁੱਟੀ ਅਦੀ ਛੁੱਟੀ ਦੇ ਸਮੇਂ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਦੋ ਗੁੱਟ ਇੱਕ ਦੂਜੇ ਨਾਲ ਪੜ ਗਿਆ ਇਸ ਲੜਾਈ ਦੇ ਵਿੱਚ ਇੱਕ ਦੂਜੇ ਤੇ ਪੱਥਰबाजी ਹੋਈ ਮਾਰਕੋਟਾਈ ਕੀਤੀ ਗਈ ਇਸ ਮੌਕੇ ਸਕੂਲ ਦੇ ਪੁਰਸ਼ ਅਧਿਆਪਕਾਂ ਨੇ ਬੱਚਿਆਂ ਨੂੰ ਛਡਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਵਿੱਚ ਅਧਿਆਪਕਾਂ ਨੂੰ ਵੀ ਬੱਚਿਆਂ ਦੇ ਵੱਲੋਂ ਸੁੱਟੇ ਗਏ ਪੱਥਰ ਲੱਗੇ ਇਸ ਮਾਮਲੇ ਦੇ ਵਿੱਚ ਸਕੂਲ ਦੀ ਪ੍ਰਿੰਸੀਪਲ ਪਰਮਜੀਤ कौर ਨੇ ਪੁਲਿਸ ਨੂੰ ਖਾਸ ਅਪੀਲ ਕੀਤੀ ਪੁਲਿਸ ਨੇ ਮੌਕੇ ਤੇ ਪਹੁੰਚੀ ਤੇ ਘਟਨਾ ਦਾ ਜਾਇਜ਼ਾ ਲਿਆ ਪਰ ਝਗੜੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਅਗਲੀ ਵੱਡੀ ਖਬਰ ਹੈ ਜੀ ਆਪ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਚ ਉਲਾਨ ਕਰਕੇ 2022 ਦੀਆਂ ਚੋਣਾਂ ਲੜੇਗੀ ਬਲਜਿੰਦਰ ਕੌਰ ਸੋ ਵੱਡਾ ਬਿਆਨ ਦਿੱਤਾ ਬੀਬੀ ਜੀ ਨੇ ਇੱਕ ਨਿੱਜੀ ਪੈਲੈਸ ਦੇ ਵਿੱਚ ਮੁੱਖ ਮੰਤਰੀ ਵਪਾਰੀਆਂ ਦੇ ਨਾਲ ਮੁਲਾਕਾਤ ਕਰਕੇ ਮੀਟਿੰਗ ਕਰਨਗੇ ਇਸ ਦੇ ਬਾਰੇ ਕੇਜਰੀਵਾਲ ਨੇ ਆਪਣੀ ਹੀ ਟੀਮ ਦੇ ਵੱਲੋਂ ਲੋਕਾਂ ਨੂੰ ਸੰਬੋਧਿਤ ਕਰਨ ਗਿਆ ਆਮ ਆਦਮੀ ਪਾਰਟੀ ਦੇ ਤਕਰੀਬਨ ਸਾਰੇ ਵਿਧਾਇਕ ਬਠਿੰਡਾ ਪਹੁੰਚ ਚੁੱਕੇ ਸਨ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦਾ ਚਿਹਰਾ एलान ਕੇ ਹੀ ਚੋਣਾਂ ਲੜਾਂਗੇ T20 ਮੈਚ ਚ ਪਾਕਿਸਤਾਨ ਦੀ ਜਿੱਤ ਦੀ ਖੁਸ਼ੀ ਮਨਾਉਣ ਵਾਲੇ ਰਸ਼ੀਦ ਨੂੰ ਜਮਾਦੀ ਜਮਾਨਤ ਰੱਦ ਸੋ T20 ਵਰਲਡ ਕੱਪ ਚ ਭਾਰਤ ਦੀ ਹਾਰ ਅਤੇ ਪਾਕਿਸਤਾਨ ਦੀ ਜਿੱਤ ਨੂੰ ਸਿਰਫ ਉਦੇਪੁਰ ਦੀ ਅਧਿਆਪਕਾ ਨਫੀਸਾ ਅਟਾਰੀ ਨੇ ਨਹੀਂ ਮਨਾਇਆ ਜਿਸਨ ਬਲਕਿ ਜੋਧਪੁਰ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਤੇ ਸਥਾਨਿਕ ਨੌਜਵਾਨ ਰਸ਼ੀਦ ਅਬਦੁੱਲ ਨੇ ਵੀ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਇਸ ਨੂੰ ਸੈਲੀਬ੍ਰੇਟ ਕਰਨ ਵਾਲਾ ਸਟੇਟਸ ਲਾਇਆ ਬਾਅਦ ਵਿੱਚ ਇਸ ਤੇ ਇਤਰਾਜ਼ ਕਰਨ ਤੋਂ ਬਾਅਦ ਉਸਨੇ ਜਵਾਬ ਦਿੱਤਾ ਕਿ ਉਸ ਨੂੰ ਤਾਂ ਬਹੁਤ ਖੁਸ਼ ਹੈ ਪਰ ਇਸ ਤਰ੍ਹਾਂ ਦੀ ਖੁਸ਼ੀ ਮਨਾਣਾ ਉਸ ਨੂੰ ਪਾਰੀ ਪੈ ਗਿਆ ਸੋ ਉਸ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਉਸ ਨੂੰ ਗ੍ਰਿਫਤਾਰ ਕਰ ਲਈ ਤੇ ਉਸ ਦੀ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਉਸ ਦਾ ਰਿਮਾਂਡ ਵੀ ਲੈ ਲਿਆ ਗਿਆ ਕਿਉਂਕਿ ਉਸ ਤੇ ਇਲਜ਼ਾਮ ਲੱਗੇ ਨੇ ਕਿ ਉਹ ਭਾਰਤ ਦੇ ਹਾਰਨ ਦੀ ਖੁਸ਼ੀ ਮਨਾ ਰਿਹਾ ਤੇ ਅਬਦੁੱਲ ਨੇ ਜਵਾਬ ਦਿੱਤਾ ਕਿ ਮੈਂ ਬਹੁਤ ਖੁਸ਼ ਹਾਂ ਜਿਸ ਤੋਂ ਬਾਅਦ ਉਸ ਨੌਜਵਾਨ ਨੇ ਉਸ ਨੂੰ ਦੁਬਾਰਾ ਪੁੱਛਿਆ ਤੇ ਫਿਰ ਉਹ ਇੱਥੇ ਕਿਉਂ ਰਹਿ ਰਿਹਾ ਹੈ ਸੋ ਖਬੀਰ ਬਾਦਲ ਦੀ ਰੈਲੀ ਦੇ ਦੌਰਾਨ ਵਾਪਰਿਆ ਹਾਦਸਾ ਕਾਰ ਦੀ ਚਪੇੜ ਚ ਨੌਜਵਾਨ ਦੀ ਮੌਤ ਸੋ ਅੰਮ੍ਰਿਤਸਰ ਦੇ ਮਸ਼ਹੂਰ ਇੰਡੀਆ ਗੇਟ ਤੋਂ ਲੈ ਕੇ ਟਾਰੀ ਸਰਹੱਦ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਇੱਕ ਨਵਾਂ ਮੋਟਰਸਾਈਕਲ ਰੈਲੀ ਕੱਢੀ ਗਈ ਇਸ ਰੈਲੀ ਦੇ ਵਿੱਚ ਅਕਾਲੀ ਦਲ ਦੇ ਵੱਡੋ ਬੀਐਸਐਫ ਦੇ ਦਾਇਰਾ ਵਧਾਉਣ ਦੇ ਵਿਰੋਧ ਵਿੱਚ ਇਹ ਰੈਲੀ ਕੱਢੀ ਗਈ ਸੀ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਪੁਲਿਸ ਵੱਲੋਂ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਜ਼ਿਕਰ ਜੋਗੇ ਕਿ ਇਸ ਮੌਕੇ ਕਾਲੀ ਦਲ ਦੇ ਵੱਡੇ ਲੀਡਰ ਸੁਖबीर ਬਾਦਲ ਵਿਕਰਮ ਜੇਠੀਆ ਤੇ ਅਨੰਦ ਜੋਸ਼ੀ ਵੀ ਮੌਕੇ ਤੇ ਮੌਜੂਦ ਸਨ ਟਾਰੀਵਾਲ ਨੂੰ ਜਾਣ ਵਾਲੀਆਂ ਦੋਹਾਂ ਸੜਕਾਂ ਦੇ ਕਾਲੀ ਦਲ ਦੇ ਵੱਲੋਂ ਭਾਰਮੀ ਰੈਲੀ ਕੱਢੀ ਜਾ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਜੇਕਰ ਸੜਕਾਂ ਖੁੱਲੀਆਂ ਤਾਂ ਅਸੀਂ ਆਪਣੀ ਫਸਲ ਵਿੱਚੋਂ ਦੀ ਸੰਸਦ ਜਾਵਾਂਗੇ ਟਿਕਟ ਬੀਕੇ ਜਵਾਗੁਰ ਕੇਸਟਕਾਰ ਨੇ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਲੈਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨ ਫਸਲ ਕਿਤੇ ਵੀ ਵੇਚ ਸਕਦੇ ਨੇ ਟਿਕਟ ਦਾ ਕਹਿਣਾ ਜੇਕਰ ਸੜਕਾਂ ਖੁੱਲੀਆਂ ਤਾਂ ਅਸੀਂ ਆਪਣੀ ਫਸਲ ਵੇਚਣ ਲਈ ਸੰਸਦ ਵੀ ਜਾਵਾਂਗੇ ਪਹਿਲਾਂ ਸਾਡੇ ਟਰੈਕਟਰ ਦੇ ਲਈ ਜਾਣਗੇ ਟਿਕਟ ਨੇ ਕਿਹਾ ਅਸੀਂ ਰਸਤਾ ਨਹੀਂ ਰੋਕਿਆ ਰੋਡ ਜਾਮ ਕਰਨਾ ਸਾਡੇ ਵਿਰੋਧ ਦਾ ਹਿੱਸਾ ਨਹੀਂ ਜ਼ਿਕਰ ਜੋ ਕਿ ਦਿੱਲੀ ਪੁਲਿਸ ਨੇ ਟਿਕਰੀ ਅਤੇ ਗਾਜੀਪੁਰ ਬਾਰਡਰ ਦੇ ਬੈਰੀਗੇਟ ਹਟਾਉਣੇ ਸ਼ੁਰੂ ਕਰ ਦਿੱਤੇ ਨੇ ਟਿਕਰੀ ਬਾਰਡਰ ਦੇ ਹਾਦਸਾ ਮ੍ਰਿਤਕ ਅਮਰਜੀਤ ਦੀ ਕੁੜੀ ਦਾ 23 ਜਨਵਰੀ ਨੂੰ ਉਸੇ ਵਿਆਹ ਪਰਿਵਾਰ ਤੇ ਲੱਖ ਰੁਪਏ ਦਾ ਕਰਜ਼ਾ ਸੋਏ ਵੱਡੀ ਦੁੱਖਦਾਈ ਖਬਰ ਹੈ ਉਸ ਦੇ ਘਰ ਵਿੱਚ ਲੋਕਾਂ ਦਾ ਤਾਤਾ ਲੱਗਣਾ ਸ਼ੁਰੂ ਹੋ ਗਿਆ ਪਿੰਡ ਪਹੁੰਚ ਕੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਮ੍ਰਿਤਕਾ ਦੇ ਘਰ ਪਰਿਵਾਰ ਮੈਂਬਰਾਂ ਨੇ ਦੁੱਖ ਸਾਂਝਾ ਕੀਤਾ ਮ੍ਰਿਤਕਔਰਤ ਦੀਆਂ ਲਾਚਾਂ ਪਿੰਡ ਪੁੱਜਣ ਤੇ ਸ਼ੁੱਕਰਵਾਰ ਤੱਕ ਜਿਹੜੀ ਸੰਭਾਵਨਾ ਹੈ ਅਕਾਲੀ ਦਲ ਦਾ ਜ਼ਿਲਾ ਪ੍ਰਧਾਨ ਤੱਕੜੀ ਦਾ ਸਾਥ ਛੱਡ ਕੇ ਬਸਪਾ ਦੇ ਵਿੱਚ ਸ਼ਾਮਲ ਹੋ ਸੋ ਇਹ ਵੀ ਵੱਡੀ ਖਬਰ ਹੈ ਜਿ ਕਪੂਰਥਲਾ ਤੋਂ ਬਸਪਾ ਦੀ ਟਿਕਟ ਤੋਂ ਟਿਕਟ ਲੜਨਗੇ ਚੋਣਨ ਦੀ ਲੜਨਗੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਾਲ ਮੁਕਾਬਲਾ ਹੋਣ ਦੀ ਸੰਭਾ